ਕਿੰਨੀ ਉਮਰ ਹੈ ਤੇਰੀ ਤੇ ਕੀ ਰਿਲੇਸ਼ਨ ਹੋਈ ਇਹਨਾਂ ਨਾਲ? ਮੇਰੀ 18 ਸਾਢੇ 18 ਸਾਲ ਉਮਰ ਹੋਈ ਹੈ ਅਤੇ ਮੇਰੇ ਰਿਸ਼ਤੇਦਾਰਾਂ 'ਚ ਹੋਈ ਹੈ ਅਤੇ ਮੇਰੀ ਸਾਲ ਪਹਿਲਾਂ ਗੱਲਬਾਤ ਹੋਈ ਸੀ ਇਹਨਾਂ ਨਾਲ, ਸਾਡਾ ਰਿਲੇਸ਼ਨ ਚੱਲਦਾ ਸੀ। ਹੁਣ ਬਸ ਇੱਥੋਂ ਤੱਕ ਆਏ ਅਤੇ ਕੋਈ ਗਲਤੀ ਹੋ ਗਈ, ਉਹਨਾਂ ਨੇ ਗਲਤੀ ਕੀਤੀ ਅਤੇ ਇਹਨੇ ਵੀ ਮਾਰਿਆ ਤਾਂ ਮੈਂ ਵੀ ਮਾਰ ਦਿੱਤਾ। ਹਾਂਜੀ ਦੁਬਾਰਾ ਦੱਸ ਰਿਹਾ। ਹਾਂਜੀ ਸਬ ਇੰਸਪੈਕਟਰ ਪੁਲਿਸ 'ਚ ਮਖੇਰੀਆਂ ਥਾਣੇ ਲੱਗੇ ਮੇਰਾ। ਕੀ ਨਾਮ ਤੁਹਾਡਾ? ਮਨਿੰਦਰ ਕੌਰ। ਦੱਸ ਦਿਓ ਜੀ ਕਿਉਂ ਮਰਡਰ ਕੀਤਾ, ਕੀ ਐਸੀ ਲੋੜ ਪੈ ਗਈ ਮਰਡਰ ਕਰਨ ਦੀ? ਸਰ ਸਾਡਾ ਦੋਨਾਂ ਦਾ ਰਿਲੇਸ਼ਨ ਸੀਗਾ ਮੇਰੇ ਸਹੁਰੇ ਨੂੰ, ਇਸ ਕਰਕੇ ਮੈਂ ਮਾਰਿਆ ਆਪਾਂ ਦੋਨਾਂ ਨੇ। ਕਿੰਨਾ ਚਿਰ ਤੋਂ ਰਿਲੇਸ਼ਨ ਹੋ ਗਿਆ? ਸਰ 1 ਸਾਲ ਹੋ ਗਿਆ। ਕਿੱਥੇ ਮਾਰਿਆ, ਕਿੱਦਾਂ ਮਾਰਿਆ? ਸਰਕਾਰੀ ਡੰਡੇ ਨਾਲ ਮਾਰਿਆ। ਇਹ ਮਰਡਰ 17/6/18 ਨੂੰ ਦਲਜੀਤ ਸਿੰਘ ਦਾ ਮਰਡਰ ਹੋਇਆ ਸੀ ਪਿੰਡ ਕੂਲੇ ਖੁਰਲਾ। ਇਹਦੇ 'ਚ ਦਲਜੀਤ ਸਿੰਘ ਦੀ ਨੂੰਹ ਨੇ ਇੱਕ ਹੋਰ ਲੜਕਾ ਜੋ ਕਿ ਰਿਸ਼ਤੇਦਾਰੀ ਦੇ ਵਿੱਚ ਉਹਦਾ ਭਾਣਜਾ ਲੱਗਦਾ ਸੀ, ਰਾਹੁਲ ਸ਼ਰਮਾ ਉਰਫ ਨੰਨੂ, ਇਹਨਾਂ ਨੇ ਰਲ ਕੇ ਇਸ ਬਜ਼ੁਰਗ ਦੇ ਸਿਰ ਦੇ ਵਿੱਚ ਜਿਹੜੀਆਂ ਸੱਟਾਂ ਮਾਰੀਆਂ ਜਦੋਂ ਇਹ ਬਜ਼ੁਰਗ ਦੀ ਮੌਕੇ 'ਤੇ ਜਿਹੜੀ ਮੌਤ ਹੋ ਗਈ। ਇਹਦੇ 'ਚ ਜਿਹੜੀ ਲੜਕੀ ਮਨਿੰਦਰ ਕੌਰ ਹੈ ਇਹਨੂੰ ਸੇਮ ਡੇ ਹੀ ਫੜਦਿਆ ਸੀ ਜੋ ਕਿ ਪੁਲਿਸ ਰਿਮਾਂਡ 'ਤੇ ਆ, ਅਤੇ ਜਿਹੜਾ ਰਾਹੁਲ ਸ਼ਰਮਾ ਪਲਿਸ ਨਨੂ ਹੈ ਇਹਨੂੰ ਅੱਜ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਸੰਬੰਧੀ ਐਸ ਪੀ ਓਪਰੇਸ਼ਨ ਦੇ ਤਹਿਤ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਦੇ ਅੰਡਰ ਹੋਈ ਸੀ, ਇਹਦੇ 'ਚ ਡੀ ਐਸ ਪੀ ਇਨਵੈਸਟੀਗੇਸ਼ਨ ਗੁਰਮਨ ਸਿੰਘ ਬੈਂਸ, ਇੰਚਾਰਜ ਸੀ ਆਈ ਏ ਅਤੇ ਐਸ ਐਚ ਓ ਤ੍ਰਿਬੜ ਇਹਨਾਂ ਨੇ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਜਿਹੜਾ ਇਹਨੂੰ ਨਨੂ ਨੂੰ ਗ੍ਰਿਫਤਾਰ ਕਰ ਲਿਆ। ਮੌਕੇ 'ਤੇ ਜਿਹੜੇ ਇਹਨਾਂ ਨੇ ਹਥਿਆਰ ਵਰਤੇ ਸੀ ਉਹ ਬਰਾਮਦ ਕਰ ਲਿਆ। ਇਹਨਾਂ ਦੇ ਜੋ ਐਫ ਆਈ ਆਰ ਦਰਜ ਕਰਵਾਈ ਹੈ ਕਿਰਪਾਲ ਸਿੰਘ ਨੇ, ਉਹਨੇ ਦੱਸਿਆ ਕਿ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਅਫੇਅਰ ਸੀ ਅਤੇ ਬਜ਼ੁਰਗ ਇਹ ਰੋਕਦੇ ਸੀ, ਇਹਨਾਂ ਨੇ ਇਸ ਕਰਕੇ ਹੀ ਜਿਹੜਾ ਇਹਨਾਂ ਨੂੰ ਜਿਹੜਾ ਇਹਨੂੰ ਕਤਲ ਕਰ ਦਿੱਤਾ। ਇਹ ਜਿਹੜਾ ਦਲਜੀਤ ਸਿੰਘ ਜੀ ਦੀ ਡੈਥ ਹੋਈ ਹੈ ਇਹ ਐਕਸਰਸਮੈਨ ਹੈ, ਇਹਦਾ ਹਸਬੈਂਡ ਵੀ ਜੰਮੂ ਦੇ ਵਿੱਚ ਆਰਮੀ 'ਚ ਜਿਹੜਾ ਨੌਕਰੀ ਕਰਦਾ। ਕਿੰਨੇ ਦਿਨ ਪਹਿਲਾਂ ਛੁੱਟੀ? ਇਹ 15 ਤਰੀਕ ਨੂੰ ਛੁੱਟੀ ਆਇਆ ਸੀ, 15 ਤਰੀਕ ਨੂੰ ਅਸੀਂ ਵਾਪਸ ਆਪਣੇ ਯੂਨਿਟ ਦੇ ਵਿੱਚ ਗਿਆ।